ਪੰਜਾਬੀ ਸਟੱਡੀਪਾਡ 63 ਦੇਖ ਰਹੇ ਸਾਰੇ ਹੀ ভিউਅਸ ਇਸ ਚੈਨਲ ਤੇ ਇੱਕ ਵਾਰ ਫੇਰ ਹਾਰਦਿਕ ਸਵਾਗਤ ਮੈਂ ਅਮਰਜੀਤ ਕੋ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਨਮੁਖ ਪੇਸ਼ ਹੈ ਗਿਆ ਤੇ ਇਸ ਵੀਡੀਓ ਵਿੱਚ ਆਪਾਂ ਚੱਲ ਰਹੀ ਲੜੀ ਹੈ ਜੋ ਸਾਡੀ ਕਲਾਸ 12ਵੀਂ ਵਿਸ਼ਾ ਹੈ ਚੋਣਵੀ ਪੰਜਾਬੀ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਰਿਲੇਟਡ ਹੈਗਾ ਉਹ ਤੇ ਇਸ ਦਾ ਆਪਾਂ ਅੱਜ ਸੈਂਪਲ ਪੇਪਰ ਨੰਬਰ 2 ਰਿਵੀਜ਼ਨ ਟੈਸਟ ਪੇਪਰ ਵੀ ਕਹਿ ਸਕਦੇ ਹੈਗੇ ਆ ਤੇ ਦੁਹਰਾਏ ਵੀ ਕਹਿ ਸਕਦੇ ਹੈਗੇ ਆ ਤਾਂ ਇਸ ਦੇ ਅਕੋਰਡਿੰਗਲੀ ਜੇਕਰ ਵਿਦਿਆਰਥੀ ਤਿਆਰੀ ਕਰਨ ਤਾਂ ਉਹਨਾਂ ਦੇ ਬਹੁਤ ਵਧੀਆ ਨੰਬਰ ਆ ਸਕਦੇ ਹੈਗੇ ਨੇ ਪੈਟਰਨ ਆਪਾਂ ਨੂੰ ਪਤਾ ਹੀ ਹੈ ਇਸ ਚੈਨਲ ਦੇ ਉੱਤੇ ਪਾਇਆ ਹੋਇਆ ਹੈਗਾ ਇਸ ਤੋਂ ਇਲਾਵਾ ਫਟਫਟ ਰਿਵੀਜ਼ਨ ਵੀ ਕਰਵਾਈ ਗਈ ਹੈਗੀ ਆ ਮਮ ਵਸਤੂ ਨਹੀਂ ਸਪ੍ਰੈਚਨਾਂ ਦੀ ਕਵਿਤਾਵਾਂ ਦੀ ਪਸੰਗ ਦੱਸ ਕੇ ਵਿਆਖਿਆ ਦੀ ਔਰ ਆਪ ਵਿੱਤਿਆ ਪਾਠ ਪੁਸਤਕ ਦੇ ਪ੍ਰਸ਼ਨ ਉੱਤਰਾਂ ਦੀ ਤਾਂ ਤੁਸੀਂ ਇਸ ਤੋਂ ਪਹਿਲਾਂ ਪਾਈਆਂ ਗਈਆਂ ਵੀਡੀਓਜ਼ ਇਸ ਚੈਨਲ ਦੀ ਪਲੇਲਿਸਟ ਦੇਖ ਕੇ ਉਹਦੇ ਵਿੱਚ ਫਟਾਫਟ ਰਿਵੀਜ਼ਨ ਵਾਲੇ ਭਾਗ ਦੇ ਵਿੱਚੋਂ ਦੇਖ ਸਕਦੇ ਹੈਗੇ। ਤਾਂ ਪੇਪਰ ਆਪ ਜੀ ਨੂੰ ਜਾਣਦੇ ਹੈਗੇ 80 ਨੰਬਰ ਦਾ ਹੈ ਤੇ 3 ਘੰਟੇ ਦਾ ਤੁਹਾਨੂੰ ਸਮਾਂ ਮਿਲਣਾ ਹੈਗਾ। ਤੇ ਪਹਿਲਾ ਪ੍ਰਸ਼ਨ ਹੈ ਜੋ ਸੁੰਦਰ ਲਿਖਾਈ ਦੇ ਲਈ ਰੱਖ ਮੈਂ 5 ਨੰਬਰ। ਸੋ ਇਸ ਲਈ ਸਾਨੂੰ ਵਧੀਆ ਲਿਖਾਈ ਭਾਵ ਕੱਟਵਟ ਨਹੀਂ ਕਰਨੀ ਬਹੁਤ ਹੀ ਸਾਫ ਸੁਥਰਾ ਕੰਮ ਕਰਨਾ ਹੈਗਾ। ਦੂਸਰਾ ਪ੍ਰਸ਼ਨ ਹੈ ਵਸਤੂनिष्ठ ਪ੍ਰਸ਼ਨਾਂ ਦਾ ਤੇ ਇਸ ਦੇ ਵਿੱਚ 15 ਪ੍ਰਸ਼ਨ ਹੋਣਗੇ 2 ਨੰਬਰ ਦਾ ਹਰ ਪ੍ਰਸ਼ਨ ਤੇ 30 ਅੰਕਾਂ ਦਾ ਇਹ ਭਾਗ ਹੋਵੇਗਾ ਮਹੱਤਵਪੂਰਨ ਹੈ ਬਹੁਤ ਤੇ ਇਸ ਦੇ ਵਿੱਚੋਂ ਆਪਾਂ ਪ੍ਰਸ਼ਨਾਂ ਦੇ ਉੱਤਰ ਦੇਖਦੇ ਹੈਗੇ। ਤਾਂ ਉੜਾ ਪਾਖ ਦੇ ਵਿੱਚ ਪੰਜ ਪ੍ਰਸ਼ਨ ਨੇ ਸ਼ਾਹ ਹੁਸੈਨ ਮੀਨੀ ਢੰਗੀ ਢੱਗੀ ਕਿਸ ਨੂੰ ਕਹਿੰਦਾ ਹੈ ਇਸ ਦਾ ਉੱਤਰ ਹੈ ਰੱਬ ਦਾ ਨਾਮ ਉਹ ਕਹਿੰਦਾ ਮੀਨੀ ਢੱਗੀ ਨਾਮ ਰਸਾਇੰ ਦਾ ਅੰਦਰ ਬੜਵੜ ਚੂਏ ਠੀਕ ਹੈ ਤਾਂ ਉਹ ਰੱਬ ਦਾ ਨਾਮ ਨੂੰ ਮੀਨੀ ਢੱਗੀ ਕਹਿੰਦਾ ਹੈ ਦੂਸਰਾ ਪ੍ਰਸ਼ਨ ਹੈ ਚਾਂਦੀ ਵਰਗਾ ਰੰਗ ਹੈ ਗੋਰਾ ਸੋਨੇ ਵਰਗੇ ਵਾਲ ਸੁਨਹਿਰੀ ਇਸ ਤੁਕ ਵਿੱਚ ਕਿਹੜਾ ਅਲੰਕਾਰ ਹੈ ਇਸ ਦਾ ਉੱਤਰ ਕੀ ਹੈ ਉਪਮਾ ਅਲੰਕਾਰ ਬੈਂਤ ਦੀ ਹਰਤੁਕ ਵਿੱਚ ਕਿੰਨੀਆਂ ਮਾਤਰਾਵਾਂ ਹੁੰਦੀਆਂ ਨੇ ਤਾਂ ਬੈਂਤ ਦੀ ਹੇਕਤੁਕ ਦੇ ਵਿੱਚ ਕੁੱਲ 40 ਮਾਤਰਾਵਾਂ ਹੁੰਦੀਆਂ ਨੇ ਤੇ ਇਹਨਾਂ ਦਾ ਜਿਹੜਾ ਹੈ ਅਨੁਪਾਤ ਹੈ 20 20 ਵੀ ਹੋ ਸਕਦਾ ਹੈ 21 19 ਵੀ ਹੋ ਸਕਦਾ ਹੈ ਜਾਂ 19 21 ਵੀ ਹੋ ਸਕਦਾ ਹੈ ਬੀਪਤਾਸ ਰਸ ਦਾ ਸਥਾਈ ਭਾਵ ਕੀ ਹੈ ਇਸਦਾ ਉੱਤਰ ਹੈ ਕਿਰਨ ਕਾਦਰਯਾਰ ਦੀ ਕਿਹੜੀ ਰਚਨਾ ਦੇ ਅੰਸ਼ ਤੁਹਾਡੀ ਪਾਠ ਪੁਸਤਕ ਵਿੱਚੋਂ ਦਿੱਤੇ ਗਏ ਹਨ ਕਾਦਰਯਾਰ ਦੀ ਕੋਈ ਇੱਕ ਰਚਨਾ ਹੈ ਕਿੱਸਾ ਪੂਰਨ ਭਗਤ ਅੱਗੇ ਹੈ ਆੜਾ ਪਾਗ ਵੋ ਵੀ ਕਲਪੀ ਪ੍ਰਸ਼ਨਾਂ ਦੇ ਉੱਤਰ ਦੇਣੇ ਹੈਗੇ ਆਪਾਂ ਨੇ ਤਾਂ ਪਹਿਲਾ ਪ੍ਰਸ਼ਨ ਹੈ ਵਾਰਸ਼ਾ ਕਿਸ ਕਾਵਿ ਤਾਰਾ ਦਾ ਕਵੀ ਹੈ ਇਸ ਦਾ ਉੱਤਰ ਕੀ ਹੈ ਮੀਰ ਕਾਵਿ ਤਾਰਾ ਵਿੱਚ ਵੀ ਨਹੀਂ ਹੈਗੇ ਇਹ ਸੂਫੀ ਕਾਵਿ ਤਾਰਾ ਵਿੱਚ ਵੀ ਨਹੀਂ ਹੈਗੇ ਭਗਤੀ ਕਾਵਿ ਤਾਰਾ ਵਿੱਚ ਵੀ ਨਹੀਂ ਹੈਗੇ ਤਾਂ ਇਹ ਕਿੱਸਾ ਕਾਵਿ ਤਾਰਾ ਦੇ ਵਿੱਚੋਂ ਹੈਗੇ ਨੇ ਵਾਰਸ਼ਾ ਤੇ ਉਹਨਾਂ ਨੇ ਕਿੱਸਾ ਜਿਹੜਾ ਹੈ ਹੀਰਾਂਜਾ ਲਿਖਿਆ ਹੈਗਾ अगला प्रश्न है मुंह आई बात है तौबा ना कर यार कैसी तौबा है उल्टे होर जमाने आए माटी कोदम करें दी यार पाया है कि छपाया है कविता किस किसानी रचना हैगी है ता कविता है हाशम शाह की भी नहीं हैगी शाह हुसैन जी की भी नहीं हैगी वजीज़ की भी नहीं हैगी बुले शाह जी की जड़ी हैगी कविता है ठीक है ਅੱਗੇ ਹੈ ਤੁਹਾਡਾ ਤੀਸਰਾ ਪ੍ਰਸ਼ਨ ਜਿੱਥੇ ਉਪਮੇ ਵਾਕ ਅਤੇ ਉਪਮਾਨ ਵਾਕ ਆਪਸ ਵਿੱਚ ਬਿੰਬ ਪ੍ਰਤੀਬਿੰਬ ਭਾਵ ਦੇ ਨਾਲ ਸੰਬੰਧਿਤ ਹੋਣ ਉਥੇ ਕਿਹੜੇ ਅਲੰਕਾਰ ਦੀ ਸਿਰਜਣਾ ਹੁੰਦੀ ਹੈ ਤਾਂ ਇਸ ਦਾ ਉੱਤਰ ਕੀ ਹੈ ਦ੍ਰਿਸ਼ਟਾਂਤ ਦੀ ਅਗਲਾ ਪ੍ਰਸ਼ਨ ਪ੍ਰਵ ਕੀਜੇ ਕਿਰਪਾ ਨਿਧਾਨ ਬਾਣੀ ਕਵਿਤਾ ਕਿਸ ਦੀ ਰਚਨਾ ਹੈ ਤਾਂ ਇਹ ਸ਼ੀਰਗੁਰੂ ਅਮਰਦਾਸ ਜੀ ਦੀ ਰਚਨਾ ਨਹੀਂ ਹੈਗੀ ਤਾਂ ਇਹ ਸ਼੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੀ ਰਚਨਾ ਹੈਗੀ ਆ ਤੇ ਆਪਾਂ ਯਾਦ ਰੱਖਣਾ ਇਸ ਗੱਲ ਨੂੰ ਅਗਲਾ ਪ੍ਰਸ਼ਨ ਹੈ ਸਤਿਉਯਗ ਦਾ ਸੁਭਾਅ ਕਿਹੋ ਜਿਹਾ ਸੀ ਤਾਂ ਉੱਤਰ অপਸ਼ਨਸ ਹੈਗੀਆਂ ਨੇ ਬੁਰਾ ਚਿਰਚੜਾ ਸਤਪੁਰਖੀ ਜਾਂ ਸਤੋਗੁਣੀ ਤਾਂ ਦਾ ਉੱਤਰ ਕੀ ਹੈ ਸਤੋਗੁਣੀ ਸਹੀ ਗਲਤ ਅਗਲੇ 5 ਪ੍ਰਸ਼ਨ ਨੇ ਹਾਸ਼ਮ ਦੇ ਦੋੜਿਆਂ ਨੂੰ ਦਰਿਆਏ ਹਕੀਕਤ ਨਹੀਂ ਕਿਹਾ ਜਾਂਦਾ ਹੈ ਤਾਂ ਇਹ ਗਲਤ ਹੈ ਕਿਉਂਕਿ ਜਿੱਥੇ ਨਹੀਂ ਲਿਖਿਆ ਹੁੰਦਾ ਫਿਰ ਆਪਾਂ ਮੰਨ ਲੈਂਦੇ ਕਿਉਂਕਿ ਉਹਦੇ ਦੋੜਿਆਂ ਨੂੰ ਦਰਾਏ ਹਕੀਕਤ ਹੀ ਕਿਹਾ ਜਾਂਦਾ ਹੈਗਾ ਤਾਂ ਇਹ ਆਪਸ਼ਨ ਗਲਤ ਹੈ ਅਗਲਾ ਜੋ ਲਾਈਨ ਹੈ ਉਪਮਾ ਅਲੰਕਾਰ ਹੈ ਇਹ ਠੀਕ ਹੈ ਕਿਉਂਕਿ ਉਮਾਂ ਜੜਾ ਹੈ ਅਲੰਕਾਰ ਦਾ ਨਾਮ ਹੈ ਇੱਕ ਅ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਨਵੰਬਰ 1675 ਈਸਵੀ ਦੇ ਵਿੱਚ ਹੋਈ ਇਹ ਲਾਈਨ ਠੀਕ ਹੈ ਅੱਗੇ ਹੈ ਰਾਂਝਾ ਜੋਗ ਲੈ ਕੇ ਰੰਗਪੁਰ ਖੇੜੀ ਪਿੰਡ ਪੁੱਜਿਆ ਤਾਂ ਇਹ ਲਾਈਨ ਠੀਕ ਹੈਗੀ ਆ ਚੰਡੀ ਦੀ ਵਾਰ ਵਿੱਚ ਨੇਕੀ ਅਤੇ ਬਦੀ ਦੀ ਲੜਾਈ ਸੀ ਇਹ ਆਪਸ਼ਨ ਬੀ ਠੀਕ ਹੈ ਕਿਉਂਕਿ ਜਿਹੜੇ ਰਾਖਸ਼ ਸੀਗੇ ਉਹ ਬਦੀ ਦੇ ਜਿਹੜੇ ਹੈਗੇ ਨੇ ਪ੍ਰਤੀਕ ਮੰਨੇ ਗਏ ਨੇ ਔਰ ਜਿਹੜੇ ਦੇਵਤੇ ਸਾਨੂੰ ਨੇਕੀ ਦੇ ਪ੍ਰਤੀਕ ਮੰਨੇ ਗਏ ਹੈਗੇ ਨੇ ਅਗਲਾ ਜੋ ਸਾਡਾ 33ਵਾਂ ਪ੍ਰਸ਼ਨ ਹੈ ਹੇਠ ਦਿੱਤੇ ਕਾਵ ਟੁਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰਨੀ ਹੈ ਤੇ ਇਹ ਪ੍ਰਸ਼ਨ 2+5 ਸੱਤ ਅੰਕਾਂ ਦਾ ਹੈਗਾ ਭਾਵ 2 ਨੰਬਰ ਪ੍ਰਸੰਗ ਦੇ ਨੇ ਤੇ 5 ਨੰਬਰ ਵਿਆਖਿਆ ਦੇ ਹੈਗੇ ਨੇ ਤਾਂ 2 ਸਾਡੇ ਕੋਲ ਕਾਵ ਟੁੱਟੇ ਨੇ ਪਹਿਲਾ ਕਾਵ ਟੁੱਟਾ ਹੈ ਮਾਟੀ ਕੁਦਮ ਕਰੇਂਦੀ ਯਾਰ ਬਾਵਾ ਮਾਟੀ ਦੀ ਗੁਲਜ਼ਾਰ ਮਾਟੀ ਕੋੜਾ ਮਾਟੀ ਜੋੜਾ ਮਾਟੀ ਦਾ ਅਸਵਾਰ ਮਾਟੀ ਮਾਟੀ ਨੂੰ ਦੌੜਾਵੇ ਮਾਟੀ ਦਾ ਖੜਕਾਰ ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ ਤਾਂ ਇਹ ਜਿਹੜਾ ਕਾਵ ਟੁੱਟਾ ਹੈਗਾ ਬੇਟਾ ਜੀ ਇਹ ਬੁੱਲੇ ਸ਼ਾਹ ਜੀ ਦਾ ਰਚਿਆ ਹੋਇਆ ਹੈ ਉਸੇਪਰ ਸੰਖੇਪ ਕੀ ਲਿਖਾਂਗੇ ਵੀ ਇਹ ਕਾਵ 17 ਸਾਡੀ ਪੰਜਾਬੀ ਦੀ ਪਾਠ ਪੁਸਤਕ ਹੈ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਵਿੱਚੋਂ ਲਿਆ ਗਿਆ ਹੈ ਤੇ ਇਹ ਇਸ ਦੇ ਸੂਫੀ ਕਾਫ ਭਾਗ ਦੇ ਵਿੱਚੋਂ ਹੈ ਤੇ ਇਸ ਨੂੰ ਬੁੱਲੇ ਸ਼ਾਹ ਜੀ ਨੇ ਰਚਿਆ ਹੈਗਾ ਤੇ ਇਸ ਦੇ ਵਿੱਚ ਬੁੱਲੇ ਸ਼ਾਹ ਜੀ ਨੇ ਸਾਨੂੰ ਦੱਸਿਆ ਹੈ ਕਿ ਉਹ ਜਿਹੜਾ ਹੈ ਮਨੁੱਖ ਹੈ ਮਿੱਟੀ ਦਾ ਹੀ ਬਣਿਆ ਹੋਇਆ ਹੈਗਾ ਤੇ ਮਿੱਟੀ ਹੀ ਹਰ ਪਾਸੇ ਜਿਹੜੀ ਹੈਗੀ ਆ ਉਹ ਘੁੰਮਦੀ ਹੈਗੀ ਆ ਤਾਂ ਉਹ ਕਹਿੰਦੇ ਹੈਗੇ ਨੇ ਕਿ ਮਾਟੀ ਕੁਦਮ ਕਰਿੰਦੀ ਯਾਰ ਵਾ ਵਾ ਮਾਟੀ ਦੀ ਗੁਲਜ਼ਾਰ ਤਾਂ ਪ੍ਰਸੰਗ ਵਿੱਚ ਅਸੀਂ ਲਿਖਾਂਗੇ ਕਿ ਬੁੱਲੇ ਸ਼ਾਹ ਜੀ ਕਹਿੰਦੇ ਹੈਗੇ ਨੇ ਕਿ ਹਰੇਕ ਪਾਸੇ ਮਿੱਟੀ ਦਾ ਹੀ ਪਸਾਰਾ ਹੈ 바ਵਾ ਮਾਟੀ ਦੀ ਗੁਲਜ਼ਾਰ ਤੇ ਹਰ ਪਾਸੇ ਮਿੱਟੀ ਹੀ ਨੱਚ ਟੱਪ ਰਹੀ ਹੈ ਸਾਡੇ ਆਲੇ ਦੁਆਲੇ ਦੀ ਜਿਹੜੀ ਸ੍ਰਿਸ਼ਟੀ ਹੈ ਉਸ ਦੀ ਸੁੰਦਰ ਫੁਲਵਾੜੀ ਗੁਲਜ਼ਾਰ ਦੀ ਫੁਲਵਾੜੀ ਉਹ ਮਿੱਟੀ ਦੀ ਬਣੀ ਹੋਈ ਹੈ ਤੇ ਮਾਟੀ ਘੋੜਾ ਮਾਟੀ ਜੋੜਾ ਤੇ ਆਪਣੇ ਹੰਕਾਰ ਦੇ ਵਿੱਚ ਫਸਿਆ ਹੋਇਆ ਜਿਹੜਾ ਮਨੁੱਖ ਹੈਗਾ ਉਹ ਮਿੱਟੀ ਦੇ ਬਣਿਆ ਹੋਏ ਘੋੜੇ ਉੱਤੇ ਸਵਾਰਿਆ ਹੋਣਾ ਹੈਗਾ ਅਤੇ ਉਸਨੇ ਮੱਟੀ ਮਿੱਟੀ ਦਾ ਬਣਿਆ ਹੋਇਆ ਹੀ ਜੋੜਾ ਜੋੜਾ ਪਾ ਵਸਤਰ ਪੈਨੇ ਹੋਏ ਹੋਏ ਹੈਗੇ ਨੇ ਤੇ ਮਾਟੀ ਦਾ ਸਵਾਰ ਤੇ ਇਹ ਜਿਹੜਾ ਮਨੁੱਖ ਹੈ ਉਹ ਵੀ ਮਿੱਟੀ ਦਾ ਹੀ ਬਣਿਆ ਹੋਇਆ ਹੈ ਮਾਟੀ ਮਾਟੀ ਨੂੰ ਦੜਾਵੇ ਮਾਟੀ ਦਾ ਹੰਕਾਰ ਤੇ ਇਸ ਤਰ੍ਹਾਂ ਜਿਹੜਾ ਮਿੱਟੀ ਦਾ ਬਣਿਆ ਹੋਇਆ ਇੱਕ ਸਰੀਰ ਦੂਜੇ ਸਰੀਰ ਨੂੰ ਪਜਾ ਰਿਹਾ ਹੈ ਅੱਗੇ ਦੌੜਾ ਰਿਹਾ ਹੈਗਾ ਤੇ ਸਾਰੇ ਪਾਸੇ ਮਿੱਟੀ ਦਾ ਹੀ ਖੜਕਾ ਦੜਕਾ ਹੋ ਰਿਹਾ ਹੈਗਾ ਭਾਵ ਜਿਹੜਾ ਹੈ ਇੱਕ ਜੀਵ ਦੂਜੇ ਉੱਤੇ ਮਿੱਟੀ ਦੇ ਹਥਿਆਰ ਨਾਲ ਹੀ ਹਮਲਾ ਕਰਦਾ ਹੈ ਤੇ ਫਿਰ ਇਸ ਹਮਲੇ ਦੇ ਵਿੱਚ ਜਿਹੜਾ ਹੈ ਖੜਕਾ ਦੜਕਾ ਹੁੰਦਾ ਹੈ ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ ਤੇ ਇਸ ਤਰ੍ਹਾਂ ਮਿੱਟੀ ਦੇ ਬਣਿਆ ਹੋਇਆ ਇੱਕ ਮਨੁੱਖ ਦੂਜੇ ਮਿੱਟੀ ਦੇ ਬਣੇ ਮਨੁੱਖ ਨੂੰ ਮਾਰਦਾ ਹੈ ਤੇ ਮਿੱਟੀ ਦੇ ਹੀ ਹਥਿਆਰਾਂ ਦੀ ਵਰਤੋਂ ਕਰਦਾ ਹੈਗਾ ਤੇ ਮਨੁੱਖ ਜਿਹੜਾ ਹੈ ਇਸ ਜੀਵਨ ਦੇ ਵਿੱਚ ਇਹ ਨਹੀਂ ਸਮਝਦਾ ਕਿ ਸਾਰਾ ਕੁਝ ਫਾਲਤੂ ਹੈ ਅੰਤ ਨੂੰ ਮੌਤ ਨੇ ਆਉਣਾ ਹੈ ਤੇ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਤਾਂ ਦੂਸਰਾ ਪੈਰਾਗ੍ਰਾਫ ਹੈਗਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਤਾਂ ਇਹ ਕਾਵ ਸਤਰਾਂ ਹੈਗੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ ਨੇ ਤੇ ਇਹਦੇ ਵਿੱਚ ਅਸੀਂ ਇਹ ਲਿਖ ਸਕਦੇ ਹਾਂ ਕਿ ਪ੍ਰਸੰਗ ਦੇ ਵਿੱਚ ਇਹ ਵੀ ਇਹ ਕਾਵ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਮੱਧਕਾਲੀ ਪੰਜਾਬੀ ਕਾਵਿ ਚਲਕਾਂ ਤੇ ਇਤਿਹਾਸ ਵਿੱਚ ਦੇ ਗੁਰਮਤਕਾਫ ਭਾਗ ਦੇ ਵਿੱਚੋਂ ਲਈਆਂ ਗਈਆਂ ਨੇ ਤੇ ਇਸ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈਗਾ ਤੇ ਇਸ ਦਾ ਜਿਹੜਾ ਸਰਲੇਖ ਹੈ ਉਹ ਵੀ ਹੱਕ ਪਰਾਇਆ ਨਾਨਕਾ ਹੈਗਾ ਤੇ ਉਹ ਗੁਰਨਾਨਕ ਦੇਵ ਜੀ ਇਸ ਜਿਹੜਾ ਹੈ ਕਾਬੰਦ ਦੇ ਵਿੱਚ ਕਹਿੰਦੇ ਹੈਗੇ ਨੇ ਕਿ ਪਰਾਇਆ ਹੱਕ ਖਾਣਾ ਬਹੁਤ ਹੀ ਬੁਰਾ ਹੈ ਬਿਲਕੁਲ ਉਹਨਾਂ ਜਿੰਨਾ ਜਿਹੜਾ ਹੈ ਇੱਕ ਮੁਸਲਮਾਨ ਲਈ ਸੂਰ ਦਾ ਮਾਸ ਖਾਣਾ ਅਤੇ ਇੱਕ ਹਿੰਦੂ ਲਈ ਗਾਂ ਦਾ ਮਾਸ ਖਾਣਾ ਜਿੰਨਾ ਪੈੜਾ ਹੁੰਦਾ ਹੈ ਉਹਨਾਂ ਹੀ ਮੁਰਕ ਲਈ ਦੂਸਰਿਆਂ ਦਾ ਹੱਕ ਖਾਣਾ ਮਾੜਾ ਹੁੰਦਾ ਹੈ ਗੋਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਮੁਰਦਾਰ ਹੁੰਦਾ ਮੁਰਦਿਆਂ ਦਾ ਮਾਸ ਹਾਮਾ ਹੁੰਦਾ ਹਮਾਇਤ ਕਰਨਾ ਬਈ ਮਨੁੱਖ ਦੀ ਹਮਾਇਤ ਵੀ ਉਸ ਦਾ ਗੁਰੂ ਪੀਰ ਬਾਬੂ ਸੁਦਾ ਜੇਕਰ ਉਹ ਜਿਵੇਂ ਕਿਸੇ ਵੀ ਪ੍ਰਮਾਤਮਾ ਨੂੰ ਮੰਨਦਾ ਹੈ ਕਿਸੇ ਗੁਰੂ ਪੀਰ ਨੂੰ ਮੰਨਦਾ ਹੈ ਤਾਂ ਵੀ ਉਹ ਉਸ ਦੀ ਹਮਾਇਤ ਤਾਂ ਹੀ ਕਰਦੇ ਹੈਗੇ ਨੇ ਉਸ ਦੇ ਹੱਕ ਵਿੱਚ ਤਾਂ ਹੀ ਖੜਦੇ ਨੇ ਜੇਕਰ ਉਹ ਮੁਰਦਿਆਂ ਦਾ ਮਾਸ ਨਹੀਂ ਖਾਂਦਾ ਮੁਰਦਿਆਂ ਦਾ ਮਾਸ ਦਾ ਭਾਵ ਇੱਥੇ ਕੀ ਹੈ ਵੀ ਉਹ ਪਰਾਇਆ ਹੱਕ ਨਹੀਂ ਖਾਂਦਾ ਤਾਂ ਹੀ ਪ੍ਰਮਾਤਮਾ ਵੀ ਉਹਦੀ ਇੱਛਾ ਪੂਰੀ ਕਰਦਾ ਹੈਗਾ ਗੱਲੀ ਪਿਸਤ ਨਾ ਪਾਈ ਹੈ ਛੁੱਟੇ ਸੱਚ ਕੁਮਾਰ ਪਿਸਤ ਦਾ ਅਰਥ ਹੁੰਦਾ ਹੈ ਸਵਰਗ ਜਾਂ ਬਹਿਸ਼ਤ ਅਸੀਂ ਕਹਿ ਸਕਦੇ ਹੈਗੇ ਗੱਲੀਆਂ ਗੱਲਾਂ ਨਾਲ ਵੀ ਇਹ ਮਨੁੱਖ ਗੱਲਾਂ ਕਰਕੇ ਸਵਰਗ ਦੇ ਰਸਤੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਭਾਵ ਜਿਹੜੀਆਂ ਹੈਗੀਆਂ ਨੇ ਜੇਕਰ ਅਸੀਂ ਹੱਕ ਦੀ ਕਮਾਈ ਨਹੀਂ ਖਾਂਦੇ, ਪ੍ਰਾਇ ਹੱਕ ਖਾਂਦੇ ਹੈਗੀਆਂ ਤੇ ਗੱਲਾਂ ਦੇ ਨਾਲ ਅਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ ਤਾਂ ਅਸੀਂ ਸਵਰਗ ਨਹੀਂ ਜਾ ਸਕਦੇ। ਛੁੱਟ ਹੈ ਸੱਚ ਕਮਾਈ। ਅਸੀਂ ਸੱਚ ਬੋਲ ਕੇ ਹੀ ਇਸ ਸੰਸਾਰਿਕ ਖਲ ਜਗਣ ਦੇ ਵਿੱਚੋਂ ਪਾਰ ਛੁੱਟ ਸਕਦੇ ਹੈਗੀਆਂ। ਭਾਵ ਸਾਡਾ ਮੁਕਤੀ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਸੱਚ ਦੇ ਉੱਤੇ ਕਾਇਮ ਹੈਗੇ ਹਾਂ। ਮਾਰਨ ਪਾਹੇ ਹਰਾਮ ਹੈ, ਹੋਏ ਹਲਾਲ ਨਾ ਜਾਏ। ਮਾਰਨ ਦਾ ਮਸਾਲਾ ਉਹ ਕਹਿੰਦਾ ਵੀ ਜੇਕਰ ਮਨੁੱਖ ਇਸ ਹਰਾਮ ਦੀ ਕਮਾਈ ਦੂਜਿਆਂ ਦੀ ਕਮਾਈ ਨੂੰ ਗੱਲਾਂ ਦੇ ਨਾਲ ਦਾ ਮਸਾਲਾ ਪਾ ਲਵੇ ਉਹਨੂੰ ਜਿਹੜਾ ਹੈ ਬਹਾਨੇ ਲਾਵੇ ਵੀ ਨਹੀਂ ਇਹ ਤਾਂ ਇਸ ਤਰ੍ਹਾਂ ਕਰਕੇ ਇਸ ਕਰਕੇ ਇਹ ਮਾਇਰ ਤੇ ਹੱਕੇ ਸੀਗਾ ਹਨਾ ਜਿਵੇਂ ਕਈ ਵਾਰ ਆਪਾਂ ਗੱਲ ਕਰਨ ਲੱਗ ਜਾਂਦੇ ਹੈਗੀਆਂ ਵੀ ਦੂਸਰੇ ਦੀ ਕਮਾਈ ਹੋਵੇ ਉਹਦੇ ਉੱਤੇ ਅਸੀਂ ਆਪਣਾ ਜਿਹੜਾ ਹੈ ਹੱਕ ਸਮਝਾਉਣ ਦੇ ਲਈ ਗੱਲਾਂ ਦਾ ਮਸਾਲਾ ਪਾ ਦਈਏ ਤਾਂ ਕਹਿੰਦਾ ਫਿਰ ਇਹ ਹਰਾਮ ਦੀ ਕਮਾਈ ਹਲਾਲ ਨਹੀਂ ਬਣ ਜਾਂਦੀ ਹੈਗੀ ਉਹ ਹਰਾਮ ਦੀ ਕਮਾਈ ਹਰਾਮ ਦੀ ਹੋ ਰਹਿੰਦੀ ਹੈਗੀ ਆ ਭਾਵੇਂ ਉਹਨੂੰ ਜਿੰਨਾ ਮਰਜੀ ਤੁਸੀਂ ਇੱਕ ਦ੍ਰਿਸ਼ਟੀ ਤੋਂ ਦੂਜੀ ਦ੍ਰਿਸ਼ਟੀ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਲਵੋ ਨਾਨਕ ਗੱਲੀ ਕੂੜੀਆਂ ਕੂੜੀ ਪੱਲੇ ਪਾਏ ਕੂੜੇ ਹੁੰਦਾ ਝੂਠ ਬੋਲਣਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਵੀ ਝੂਠੀਆਂ ਗੱਲਾਂ ਦੇ ਨਾਲ ਸਿਰਫ ਪੱਲੇ ਦੇ ਵਿੱਚ ਝੂਠ ਹੀ ਪੈਂਦਾ ਹੈ ਸਚਾਈ ਪੱਲੇ ਨਹੀਂ ਪੈਂਦੀ ਤੇ ਸਚਾਈ ਤੋਂ ਬਿਨਾ ਅਸੀਂ ਇਸ ਸੰਸਾਰਿਕ ਖਲ ਜਗਣ ਤੋਂ ਸੰਸਾਰਿਕ ਮੋਹ ਮਾਇਆ ਤੋਂ ਛੁੱਟ ਨਹੀਂ ਸਕਦੇ ਭਾਵ ਸ਼੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਕਿ ਪ੍ਰਾਇ ਹੱਕ ਖਾਣਾ ਬੜਾ ਹੀ ਮਾੜਾ ਹੈਗਾ ਤਾਂ ਹੁਣ ਅਗਲਾ ਚੌਥਾ ਪ੍ਰਸ਼ਨ ਹੈ ਸਾਡਾ ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਿਖੋ ਮੂੰ ਆਈ ਬਾਤ ਨਾ ਰਹਿੰਦੀ ਹੈ ਬੁੱਲੇ ਸ਼ਾਹ ਜੀ ਦੀ ਹੈਗੀ ਹੱਕ ਪ੍ਰਾਇ ਨਾਨਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਪਾਂ ਹੁਣ ਕਵਿਤਾਵਾਂ ਦੇਖੋ ਪੜ੍ਹੀ ਹੈਗੀ ਆ ਜੇ ਹੁਣ ਇਹਦੇ ਵਿੱਚੋਂ ਹੀ ਆ ਜਾਂਦਾ ਹਨਾ ਇਹ ਫਰਜ਼ ਕਰ ਲਓ ਆਪਾਂ ਨੇ ਇਹੀ ਕਰਨਾ ਹੋਵੇ ਤਾਂ ਫਿਰ ਇਹ ਕੇਂਦਰੀ ਭਾਵ ਦਾ ਇਹੀ ਹੈ ਵੀ ਇਸ ਕਵਿਤਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਪ੍ਰਾਇ ਹੱਕ ਖਾਣਾ ਬਹੁਤ ਹੀ ਮਾੜਾ ਹੈਗਾ ਤੇ ਉਹ Hindu ਲਈ ਗਾਂ ਦਾ ਮਾਸ ਖਾਣ ਅਤੇ Muslimਾਂ ਦੇ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ ਤੇ ਗੱਲਾਂ ਕਰਨ ਦੇ ਨਾਲ ਅਸੀਂ ਸਵਰਗ ਨਹੀਂ ਜਾ ਸਕਦੇ ਤੇ ਨਾ ਹੀ ਅਸੀਂ ਜਿਹੜਾ ਹੈ ਇਸ ਸੰਸਾਰ ਦੇ ਖਲ ਜਗਨ ਵਿੱਚੋਂ ਛੁੱਟ ਸਕਦੇ ਹੈਗੇ ਆ ਅਸੀਂ ਗੱਲਾਂ ਕਰ ਕਰਕੇ ਹਰਾਮ ਦੀ ਕਮਾਈ ਨੂੰ ਹਲਾਲ ਦੀ ਕਮਾਈ ਨਹੀਂ ਬਣਾ ਸਕਦੇ ਕਿਉਂਕਿ ਝੂਠੀਆਂ ਗੱਲਾਂ ਦੇ ਨਾਲ ਫਿਰ ਝੂਠ ਹੀ ਪੱਲੇ ਪੈਂਦਾ ਹੈ ਸੱਚ ਪੱਲੇ ਨਹੀਂ ਪੈਂਦਾ ਤੇ ਇਹਦੇ ਨਾਲ ਸਾਡਾ ਜਿਹੜਾ ਹੈ ਛੁਟਕਾਰਾ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦਾ ਇਹ ਅਸੀਂ ਇਸ ਤਰ੍ਹਾਂ ਕਹਿ ਸਕਦੇ ਹੈਗੇ ਜੇਕਰ ਅਸੀਂ ਇਸ ਕਾਵ ਟੁੱਟੇ ਦਾ ਆਪਾਂ ਨੇ ਅਰਥ ਕਰਨਾ ਸਾਰੀ ਕੇਂਦਰੀ ਭਾਵ ਲਿਖਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹੈਗੇ ਕਿ ਬੁੱਲੇ ਸ਼ਾਹ ਜੀ ਨੇ ਇਸ ਕਾਵ ਬੰਦ ਦੇ ਵਿੱਚ ਅ ਜਿਹੜਾ ਹੈ ਇੱਕ ਸੱਚੇ ਅਨਪਵਨ ਟਾਰਗੇਟ ਕੀਤਾ ਹੈਗਾ ਵੀ ਜਦੋਂ ਕੋਈ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਫਿਰ ਉਹਦੀ ਜਿਹੜਾ ਹੈ ਸੱਚਾ ਅਨੁਭਵ ਜਿਹੜਾ ਪ੍ਰਗਟ ਨਾ ਕਰਨਾ ਅਸੰਭਵ ਹੈ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ ਹੈਗਾ ਪਰ ਇਸ ਸਚਾਈ ਨੂੰ ਫਿਰ ਜਿਹੜੇ ਕਟੜ ਲੋਕ ਹੈਗੇ ਨੇ ਕਟੜ ਧਾਰਮਿਕ ਆਗੂ ਉਹ ਪਸੰਦ ਨਹੀਂ ਕਰਦੇ ਚੰਗਾ ਨਹੀਂ ਸਮਝਦੇ ਤੇ ਉਹ ਇਸ ਅਨੁਭਵ ਤੋਂ ਬੰਜੇ ਰਹਿੰਦੇ ਨੇ ਜੇ ਆਪਟਕਣਾ ਵਿੱਚ ਪਏ ਰਹਿੰਦੇ ਹੈਗੇ ਨੇ ਤੇ ਇਸ ਤਰ੍ਹਾਂ ਆਪਣੇ ਅੰਦਰ ਰੱਬ ਦੀ ਪਛਾਣ ਨਹੀਂ ਕਰ ਸਕਦੇ ਇਸ ਕਵਿਤਾ ਦਾ ਕੇਂਦਰੀ ਭਾਵ ਇਹ ਹੈਗਾ ਠੀਕ ਹੈ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰਸ਼ਨ ਹੈ ਸਾਡਾ ਪੰਜਵਾਂ ਪੰਜਵੇਂ ਪ੍ਰਸ਼ਨ ਦੇ ਵਿੱਚ ਕਿਸੇ ਇੱਕ ਪ੍ਰਸ਼ਨ ਦਾ ਉੱਤਰ ਦਿਓ ਪੰਜਾਬੀ ਵੀਰ ਕਾਵਤਾਰਾ ਦੀਆਂ ਪ੍ਰਾਪਤੀਆਂ ਸੰਬੰਧੀ ਸੰਖੇਪ ਨੋਟ ਲਿਖੋ ਜਾਂ ਫਿਰ ਸ਼ਾ ਮੁਹੰਮਦ ਦੀ ਰਚਨਾ ਤੇ ਕਾਵਿਕ ਗੁਣਾਂ ਬਾਰੇ ਲਿਖੋ ਤੇ ਇਹ ਪ੍ਰਸ਼ਨ ਦੇ ਉੱਤਰ ਆਪਾਂ ਨੇ ਕਿਤਾਬ ਦੇ ਵਿੱਚੋਂ ਆਪ ਤਿਆਰ ਕਰਨੇ ਹੈਗੇ ਨੇ ਤੇ ਵੈਸੇ ਸੂਫੀ ਕਹਾਵਤ ਬਾਰੇ ਇਸ ਉਹਦੇ ਪਾਇਆ ਹੋਇਆ ਹੈਗਾ ਚੈਨਲ ਤੇ ਤੇ ਇਹ ਕੰਮ ਰਹਿੰਦਾ ਹੈਗਾ ਤੁਸੀਂ ਇਸ ਨੂੰ ਪੜ ਲੈਣਾ ਹੈਗਾ ਤੇ ਅੱਗੇ ਹੈਗੇ ਨੇ ਪ੍ਰਸ਼ਨ ਨੰਬਰ 6 ਫਿਰ ਲਿਖਿਆ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਤੇ ਹਰੇਕ ਪ੍ਰਸ਼ਨ ਦਾ ਜਿਹੜਾ ਅੰਕ ਹੈਗੇ ਨੇ 4 ਨੇ ਦੋ ਪ੍ਰਸ਼ਨ ਕਰਨੇ ਹੈਗੇ ਨੇ ਚਾਰ ਪ੍ਰਸ਼ਨ ਸਾਨੂੰ ਦਿੱਤੇ ਹੋਏ ਨੇ ਆਪਾਂ ਇਹ ਪੜ ਲੈਣੇ ਹੈਗੇ ਆ ਬਾਲ ਪੂਰਨ ਸਿੰਘ ਪੋਠੋਹਾਰ ਪ੍ਰਤੀ ਕਿਉਂ ਮੋਹਿਆ ਗਿਆ ਇਹ ਪ੍ਰਸ਼ਨ ਆ ਪਹਿਲਾ ਸਾਡਾ ਤਾਂ ਇਸ ਪ੍ਰਸ਼ਨ ਦਾ ਉੱਤਰ ਜੇ ਆਪਾਂ ਦਈਏ ਕਿਉਂਕਿ ਇਹ ਸਾਡੇ ਨਾ ਅਭਿਆਸ ਦੇ ਵਿੱਚ ਵੀ ਨਹੀਂ ਹੈਗਾ ਪ੍ਰਸ਼ਨ ਚਲੋ ਖੈਰ ਆਪਾਂ ਇਹਨੂੰ ਪੜ੍ਹ ਕਰ ਸਕਦੇ ਹਾਂ ਹੱਲ ਕਿਉਂਕਿ ਪਾਠ ਪੜਿਆ ਹੋਇਆ ਆਪਾਂ ਇਸ ਚੈਨਲ ਦੇ ਉੱਤੇ ਐਬਟਾਬਾਦ ਪਾਠ ਸਾਰਾ ਪਾਇਆ ਹੋਇਆ ਹੈ ਇਨਵਿਨ ਪ੍ਰਸ਼ਨ ਉੱਤਰ ਵੀ ਪਾਏ ਹੋਏਗੇ ਨੇ ਵਸਤੂਨਿਸ਼ ਪ੍ਰਸ਼ਨ ਵੀ ਪਾਏ ਹੋਏਗੇ ਨੇ ਤਾਂ ਪਰ ਇਹ ਪ੍ਰਸ਼ਨ ਨਹੀਂ ਵਾਚਿਆ ਗਿਆ ਹੁਣ ਤੱਕ ਤਾਂ ਹੁਣ ਕਾਰਨ ਕੀ ਹੈ ਪੋਠੋਹਾਰ ਜਿਹੜਾ ਹੈਗਾ ਲੇਖਕ ਦੇ ਮਾਤਾ ਪਿਤਾ ਦੀ ਜਨਮ ਭੂਮੀ ਸੀ ਕਿਉਂਕਿ ਦਾ ਜਨਮ ਜਿਹੜਾ ਸਲਹਾੜੜ ਦੇ ਵਿੱਚ ਹੋਇਆ ਸੀ ਆਪਾਂ ਇਹਦੇ ਵਿੱਚ ਪੜ੍ਹਿਆ ਹੋ ਸੀਗਾ ਜੇ ਸਲਹਾੜੜ ਪੋਠੋਹਾਰ ਦੇ ਵਿੱਚ ਹੀ ਹੈਗਾ ਤੇ ਉਸਨੇ ਲੇਖਕ ਦੇ ਮਨ ਨੂੰ ਮੋਹ ਲਿਆ ਉੱਥੇ ਉਸਦੇ ਅਜਿਹੇ ਸਾਥ ਸਬੰਧੀ ਰਹਿੰਦੇ ਸੀਗੇ ਜਿੰਨਾ ਜਿਹੜੇ ਉਹਨਾਂ ਦਾ ਘਰ ਜਾਣ ਤੇ ਬੜਾ ਸਵਾਗਤ ਕਰਦੇ ਸੀ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਦੇ ਸਵਾਗਤ ਅਤੇ ਵਿਦਾਇਗੀ ਲੇਖਕ ਨੂੰ ਆਪਣੀ ਜ਼ਿੰਦਗੀ ਰੌਚਕਤਾ ਭਰੀ ਬਣਾਉਂਦੇ ਜਾਪਦੇ ਸੀਗੇ ਮਾਰਗਲਾਦਰ ਪਾਵਨ ਨਾਨਕ ਸੋਮਾ ਪੰਜਾ ਸਾਹਿਬ ਬੜੀ ਕਿਨਾਰੀ ਦੀ ਵਿਰਾਨ ਸੁੱਕੀ ਪਹਾੜੀ ਤੇ ਭਾਰਤ ਨੂੰ ਪੱਛਮੀ ਏਸ਼ੀਆ ਨਾਲ ਜੋੜਨ ਵਾਲੀ ਸੜਕ ਦੀ ਯਾਦ ਲੇਖਕ ਦੇ ਅੰਦਰ ਅਜੇ ਵੀ ਝੁਣ-ਝੁਣੀ ਛੇੜ ਦਿੰਦੀ ਹੈ ਤੇ ਇਹ ਗੱਲਾਂ ਜਿਹੜਾ ਹੈ ਕਰਕੇ ਬਾਲ ਪੂਰਨ ਸਿੰਘ ਪੋਠੋਹਾਰ ਪ੍ਰਤੀ ਮੋਹਿਆ ਗਿਆ ਸੀਗਾ। ਅਗਲਾ ਪੈਸਣ ਹੈ ਲੋਕ ਸਿੰਬਾ ਤੋਂ ਕਿਉਂ ਡਰਦੇ ਸੀਗੇ? ਇਹ ਆਪਾਂ ਪਾਠ ਜਿਹੜਾ ਹੈ ਸਭ ਤੋਂ ਪਿਆਰਾ ਸਿੰਬਾ ਦੇ ਵਿੱਚ ਪੜਿਆ ਸੀਗਾ ਵੀ ਕਿਸ ਤਰ੍ਹਾਂ ਲੋਕ ਸਿੰਬਾ ਤੋਂ ਡਰਦੇ ਸੀਗੇ ਤੇ ਲੋਕ ਸਿੰਬਾ ਤੋਂ ਬਹੁਤ ਡਰਦੇ ਸੀਗੇ। ਕਿਉਂਕਿ ਉਹ ਆਪਣੇ ਮਾਲਕਾਂ ਦਾ ਜਿਹੜਾ ਹੁਕਮ ਮੰਨ ਕੇ ਕਿਸੇ ਵੀ ਵਿਧਿਕੇ ਤੇ ਉੱਤਰਿਆ ਹੁੰਦਾ ਸੀਗਾ ਤੇ ਇੱਕ ਵਾਰੀ ਲੋਧੀ ਗਾਰਡਨ ਵਿੱਚ ਲੇਖਕ ਉਸਦੀ ਪਤਨੀ ਤੇ ਬੱਚੇ ਜਾ ਰਹੇ ਸਨ ਕੋਈ ਸਾਈਕਲ ਸਵਾਰ ਉਸਦੀ ਧੀ ਦੀ ਪਿੱਠ ਉੱਤੇ ਹੱਥ ਮਾਰ ਕੇ ਤੇਜ਼ ਰਫ਼ਤਾਰ ਨਾਲ ਚੱਲਿਆ ਗਿਆ ਲੇਖਕ ਦੀ ਪਤਨੀ ਨੇ ਉੱਚੀ-ਉੱਚੀ ਬੋਲ ਕੇ ਸਿੰਬਾ ਨੂੰ ਉਸ ਬੰਦੇ ਨੂੰ ਫੜਨ ਲਈ ਕਿਹਾ ਸਿੰਬਾ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਸਾਈਕਲ ਤੋਂ ਸੁੱਟ ਲਿਆ ਲੇਖਕ ਜਿਹੜਾ ਹੈ ਤੇ ਆਪਣੇ ਦੰਦ ਕੱਟ ਕੇ ਡਰਾਉਂਦਾ ਹੈ ਉਸ ਦੇ ਉੱਪਰ ਖੜਾ ਹੋ ਗਿਆ ਇਸੇ ਤਰ੍ਹਾਂ ਇੱਕ ਵਾਰੀ ਜਦੋਂ ਖਾਣੇ ਤੋਂ ਮਗਰੋਂ ਲੇਖਕ ਸਿੰਬਾ ਸਮੇਤ ਆਪਣੇ ਫਲੈਟ ਤੋਂ ਬਾਹਰ ਨਿਕਲਿਆ ਤਾਂ ਉਸ ਨੇ ਕਿਸੇ ਕੁੜੀ ਦੀ ਮਦਦ ਲਈ ਆਵਾਜ਼ ਸੁਣੀ ਦੋ ਨੌਜਵਾਨ ਮੁੰਡੇ ਉਸ ਨੂੰ ਛੇੜ ਰਹੇ ਸਨ ਲੇਖਕ ਉਹਨਾਂ ਦੇ ਮਗਰ ਭੱਜਿਆ ਸਿੰਬਾ ਵੀ ਮਗਰ ਹੀ ਸੀ ਲੇਖਕ ਨੇ ਸਿੰਬਾ ਨੂੰ ਕਿਹਾ ਕਿ ਉਹ ਦੌੜਦੇ ਮੁੰਡਿਆਂ ਨੂੰ ਫੜੇ ਤੇ ਸਿੰਬਾ ਨੇ ਦੌੜ ਕੇ ਉਹਨਾਂ ਦੋਹਾਂ ਵਿੱਚ ਇੱਕ ਨੂੰ ਹੇਠਾਂ ਸੁੱਟ ਲਿਆ ਤੇ ਉਹ ਕਾਫੀ ਵੱਡੇ ਆਕਾਰ ਦਾ ਤੇ ਸ਼ਕਤੀਸ਼ਾਲੀ ਬੰਦਾ ਸੀ ਪਰ ਸਿੰਬਾ ਦੇ ਨਾਲ ਹੋਣ ਕਰਕੇ ਲੇਖਕ ਨੇ ਬਿਨਾਂ ਚਿਰਕ ਉਸ ਦੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ ਤੇ ਗਾਲਾਂ ਵੀ ਕੱਢੀਆਂ ਤੇ ਅੰਤੋਂ ਮਾਫੀ ਮੰਗ ਕੇ ਤੇ ਇੱਕ ਤੋਂ ਔਰਤਾਂ ਨੂੰ ਛੇੜਨ ਤੋਂ ਤੋਬਾ ਕਰਕੇ ਛੁੱਟਿਆ ਇਸ ਤਰ੍ਹਾਂ ਲੋਕਾਂ ਦੇ ਵਿੱਚ ਸਿੰਬਾ ਦੀ ਬੜੀ ਦਹਿਸ਼ਤ ਸੀਗੀ ਅਤੇ ਉਹ ਉਸ ਤੋਂ ਡਰਦੇ ਸੀਗੇ ਅਗਲਾ ਜੋ ਪ੍ਰਸ਼ਨ ਹੈ ਉਹ ਹੈ ਇਸ ਸਵੈ ਜੀਵਨੀ ਅੰਸ਼ ਚੰਡੀਗੜ੍ਹ ਵਿੱਚ ਨਿਯੁਕਤੀ ਵਿੱਚ ਲੇਖਕ ਨੇ ਉਦਮ ਦੀ ਕਿਵੇਂ ਪ੍ਰਸ਼ੰਸਾ ਕੀਤੀ ਹੈ ਹੁਣ ਚੰਡੀਗੜ੍ਹ ਚ ਨਿਯੁਕਤੀ ਜਿਹੜੀ ਹੈਗੀ ਆ ਇਹ ਪਾਠ ਹੈਗਾ ਆਪਣਾ ਜਸਵੰਤ ਸਿੰਘ ਨੇਕੀ ਜੀ ਦਾ ਲਿਖਿਆ ਹੋਇਆ ਹੈਗਾ ਤਾਂ ਇਸ ਦੇ ਵਿੱਚ ਆਪਾਂ ਪੜਿਆ ਹੈਗਾ ਕਿ ਲੇਖਕ ਉਦਮ ਦੀ ਬਹੁਤ ਪ੍ਰਸ਼ੰਸਾ ਕਰਦਾ ਹੈ ਕਿ ਉਦਮ ਹੀ ਮਨੁੱਖ ਦੀ ਜ਼ਿੰਦਗੀ ਦੀ ਸ਼ਾਨ ਹੈ ਉਦਮ ਤੋਂ ਬਿਨਾ ਜ਼ਿੰਦਗੀ ਸੁੰਨਸਾ ਰਹਿੰਦੀ ਹੈਗੀ ਆ ਤੇ ਉਦਮ ਦੇ ਨਾਲ ਜੇਕਰ ਪੰਛੀ ਖੰਭੋ ਫੜਪੜਾਉਂਦੇ ਨੇ ਤਾਂ ਹੀ ਉਹ ਉੱਚੀਆਂ ਉਡਾਰੀਆਂ ਮਾਰ ਸਕਦੇ ਨੇ ਉਦਮ ਕਰਨ ਵਾਲੇ ਬੰਦੇ ਦੇ ਨੇੜੇ ਚਿੰਤਾ ਕਦੇ ਨਹੀਂ ਆਉਂਦੀ ਤੇ ਰੱਬ ਵੀ ਉੱਦਮ ਕਰਨ ਵਾਲੇ ਦਾ ਬੰਦੇ ਦਾ ਹੀ ਸਾਥੀ ਬਣਦਾ ਹੈ ਇਸ ਪ੍ਰਕਾਰ ਉੱਦਮ ਕਰਨ ਦੇ ਨਾਲ ਹੀ ਜ਼ਿੰਦਗੀ ਵਿੱਚ ਸਫਲਤਾ ਅਤੇ ਆਤਮਿਕ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜਾ ਹੈ ਲੇਖਕ ਨੇ ਉੱਦਮ ਦੀ ਇਸ ਪਾਠ ਦੇ ਵਿੱਚ ਬੜੀ ਪ੍ਰਸ਼ੰਸਾ ਕੀਤੀ ਹੈਗੀ ਆ ਤੇ ਅਗਲਾ ਜੋ ਸਾਡਾ ਪ੍ਰਸ਼ਨ ਹੈ ਉਹ ਲੇਖਕ ਗੁਰਵਖਸ਼ਮ ਪੀਤਲੜੀ ਨੂੰ ਸਵਿਸ ਲੋਕਾਂ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਇਹਨੇ ਆਪਾਂ ਪਾਠ ਦੇ ਵਿੱਚ ਪੜਿਆ ਸੀਗਾ ਵੀ ਲੇਖਕ ਨੂੰ ਸਵਿਟਜ਼ਰਲੈਂਡ ਦੇ ਲੋਕਾਂ ਦੀਆਂ ਕਈ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਸੀਗੀਆਂ ਇਸ ਪਾਠ ਦਾ ਨਾਮ ਹੈਗਾ ਅ ਮਨੁੱਖ ਦਾ ਮਨੁੱਖ ਨਾਲ ਮੇਲ ਜ਼ਿੰਦਗੀ ਦੀ ਇੱਕ ਮਹਾਨ ਘਟਨਾ ਹੁੰਦੀ ਹੈਗੀ ਆ ਤੇ ਇਹਦੇ ਵਿੱਚ ਗੁਰਵਖਸ਼ਮ ਪ੍ਰੀਤਲੜੀ ਨੇ 2-3 ਪੁਆਇੰਟ ਦੱਸੇ ਸੀਗੇ ਕਿ ਅ ਗੁਰਵਖਸ਼ਮ ਪ੍ਰੀਤਲੜੀ ਨੇ ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਕ ਅਤੇ ਉੱਥੋਂ ਦੀ ਸਰਦੀ ਦੀ ਸੈਰਗਾ ਸੈਂਟ ਮੋਰਟਿਸ ਜਾ ਕੇ ਸਰ비스 ਲੋਕਾਂ ਦੇ ਜੀਵਨ ਨੂੰ ਦੇਖਿਆ ਸੀਗਾ ਤੇ ਉਸ ਨੂੰ ਸুইস ਲੋਕਾਂ ਦੇ ਜੀਵਨ ਦੀਆਂ ਕਈ ਗੱਲਾਂ ਪਸੰਦ ਆਈਆਂ ਸਫਾਈ ਤੇ ਸਜਾਵਟ ਦੀ ਜਲਚਸਵੀ ਪਹਿਲੀ ਗੱਲ ਸੀ ਜਿਊਰਿਕ ਸ਼ਹਿਰ ਦੀ ਸਫਾਈ ਤੇ ਆਪਣੇ ਮੇਜ਼ਬਾਨ ਦੇ ਘਰ ਦੀ ਸਫਾਈ ਤੇ ਸਜਾਵਟ ਵੇਖ ਕੇ ਉਹ ਮੋਹਿਆ ਗਿਆ ਉਸ ਨੂੰ ਉੱਥੋਂ ਦੀ ਹੋਟਲ ਦੀ ਸੇਵਾ ਤੇ ਆਪਣੇ ਸ਼ਹਿਰ ਨੂੰ ਸੋਹਣਾ ਰੱਖਣ ਦੀ ਜਿਹੜੀ ਰੁਚੀ ਹੈ ਬੜੀ ਚੰਗੀ ਲੱਗੀ ਸੀ ਅੱਗੇ ਹੈ ਦੂਸਰਾ ਪੁਆਇੰਟ ਹੈ ਮਨੁੱਖੀ ਵਿਤਕਰੇ ਰਹਿਤ ਭਾਵਨਾ ਲੇਖਕ ਨੂੰ ਸুইস ਲੋਕਾਂ ਵਿੱਚ ਮਨੁੱਖੀ ਵਿਤਕਰਾ ਤੇ ਰੰਗਾਂ ਦਾ ਤਸਵ ਬਹੁਤ ਘੱਟ ਦਿਸਿਆ ਮਤਲਬ ਤੁਸ ਹੁੰਦਾ ਵੀ ਭੇਦਭਾਵ ਕਰਨਾ ਕਾਲੇ ਗੂਰੇ ਦਾ ਜਿਹੜਾ ਭੇਦਭਾਵ ਹੈਗਾ ਉੱਥੇ ਬਹੁਤ ਘੱਟ ਸੀਗਾ ਸ਼ੋਭਿਸ਼ਾਵਾਂ ਦੇ ਨਾਲ ਭਰਪੂਰ ਲੋਕ ਲੇਖਕ ਅਨੁਸਾਰ ਸਵਿਸ ਲੋਕਾਂ ਦੀ ਖੁਸ਼ਹਾਲੀ ਦਾ ਆਧਾਰ ਪ੍ਰਦੇਸ਼ੀਆਂ ਦੀ ਸ਼ੋਭਿਸ਼ਾ ਤੇ ਨਿਰਭਰ ਹੈ ਸਵਿਸ ਲੋਕਾਂ ਦੀ ਸ਼ੋਭਿਸ਼ਾ ਤੇ ਸੇਵਾ ਹਰ ਮੁਲਕ ਤੋਂ ਯਾਤਰੀ ਨੂੰ ਖਿੱਚ ਲਿਆਉਂਦੀ ਹੈ ਉੱਚਾ ਜੀਵਨ ਪੱਧਰ ਤੇ ਜਿਹੜਾ ਲੇਖਕ ਨੇ ਉੱਥੇ ਦੇਖਿਆ ਕਿ ਇੱਥੇ ਗਰੀਬੀ ਦੀ ਹਨਹੋਂਦ ਸੀ ਤੇ ਲੇਖ ਦੇ ਦਿਲ ਵਿੱਚ ਸਵਿਸ ਨਿਜਾਮ ਦੀ ਬੜੀ ਕਦਰ ਪੈਦਾ ਹੋ ਗਈ ਇਥੇ ਉਹ ਜੋ ਜਿਸcar ਵਿੱਚ ਵੀ ਵੜਿਆ ਉਹ ਉਸ ਨੂੰ ਬੜਾਈ ਚੰਗਾ ਦਿਸਿਆ ਤੇ ਕਿਤੇ ਕੋਈ ਕੰਗਾਲ ਕੋਠੀ ਉਸ ਨੂੰ ਨਾ ਮਿਲੇ ਪ੍ਰਸ਼ੰਸਾ ਦਾ ਹੁਨਰ ਲੇਖਕ ਨੂੰ ਸਵਿਸਤਰ ਇਸਤਰੀਆਂ ਦੇ ਵਿੱਚ ਮਹਿਮਾਨਾਂ ਦੀ ਪ੍ਰਸ਼ੰਸਾ ਦਾ ਹੁਨਰ ਵੀ ਵਿਖਾਈ ਦਿੱਤਾ ਸੀ ਇਹ ਇਹ ਉਹਨਾਂ ਦਾ ਸੁਭਾਅਕ ਗੁਣ ਸੀਗਾ ਇਸ ਪ੍ਰਕਾਰ ਲੇਖਕ ਨੂੰ ਸਵਿਸ ਲੋਕਾਂ ਦਾ ਸਫਾਈਪੰਦ ਪਸੰਦ ਸੁਭਾਅ ਉਹਨਾਂ ਵਿੱਚ ਮਨੁੱਖੀ ਵਿਤਕਰੇ ਦੀ ਆਣ ਹੁੰਦ ਸ਼ੁਭ ਇਛਾਵਾਂ ਤੇ ਪ੍ਰਸ਼ੰਸਾ ਦੇ ਹੁਨਰ ਵਿੱਚ ਉਹਨਾਂ ਦਾ ਕਮਾਲ ਅਤੇ ਜੀਵਨ ਪદ્ધਤੀ ਦੀ ਉੱਚਤਾ ਆਹ ਦਗਲਾਂ ਬੜੀਆਂ ਹੀ ਚੰਗੀਆਂ ਲੱਗੀਆਂ ਸਨ ਤਾਂ ਇਹ ਆਪਣਾ ਸੀਗਾ ਚੌਥਾ ਪ੍ਰਸ਼ਨ ਹੁਣ ਆਪਾਂ ਅਗਲਾ ਜਿਹੜਾ ਸੱਤਵਾਂ ਪ੍ਰਸ਼ਨ ਦੇਖਦੇ ਹੈਗੀਆਂ ਇਹਦੇ ਵਿੱਚ ਕਿਸ ਹੈਡਿੰਗਾਂ ਵਿੱਚੋਂ ਕਿਸੇ ਇੱਕ ਸਾਹਿਤ ਰੂਪ ਵਿੱਚ ਨੋਟ ਲਿਖਣਾ ਹੈਗਾ ਜਿਹਦੇ ਇਸ ਪ੍ਰਸ਼ਨ ਦੇ ਤਿੰਨ ਭਾਗ ਨੇ ਗੋ ਧਿਆਨ ਰੱਖਣਾ ਬੇਟਾ ਪਹਿਲੇ ਜਿਹੜਾ ਭਾਗ ਹੈ ਉਹਦੇ ਵਿੱਚ ਤਿੰਨ ਨੰਬਰ ਨੇ ਉਹ ਆਪਾਂ ਲਿਖਣੇ ਨੇ ਇਹਦੀ ਪਰਿਵਰਸ਼ਾ ਠੀਕ ਹੈ ਘੱਟ ਤੋਂ ਘੱਟ ਤਿੰਨ ਪਰਵਾਸ਼ਮਾ ਜੂ ਲਿਖਿਓ ਤਾਂ ਕਿ ਹਰੇਕ ਪਰਵਾਸ਼ਾ ਦਾ ਇੱਕ ਨੰਬਰ ਮਿਲ ਜਵੇ ਦੂਸਰਾ ਹੈ ਫਿਰ ਉਹਦਾ ਪੂਰਾ ਬਾਇਓ ਡਾਟਾ ਦੇਣਾ ਹੈਗਾ ਅਸੀਂ ਵਿਸ਼ੇਸ਼ਤਾਵਾਂ ਦਸਥਣੀਆਂ ਨੇ ਉਸ ਸਾਹਿਤ ਰੂਪ ਦੀਆਂ ਫਿਰ ਦੂਸਰਾ ਲਾਸਟ ਭਾਗ ਹੈ ਜਿਹੜਾ ਦੋ ਉਹ ਫਿਰ ਆਪਾਂ ਕਿਸੇ ਲੇਖਕਾਂ ਦੀਆਂ ਜਿਹੜੀਆਂ ਲਿਖਿਆ ਹੋਇਆ ਜਿਹੜਾ ਸਾਹਿਤ ਹੈ ਸਾਹਿਤ ਰੂਪ ਹੈ ਉਹਦੀਆਂ ਉਦਾਹਰਣਾਂ ਦੇਣੀਆਂ ਨੇ ਤਾਂ ਕੁੱਲ ਇਹ 10 ਨੰਬਰ ਨੇ ਠੀਕ ਹੈ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਦੇਖੋ ਜੀਵਨੀ ਹੈ ਸਫਰਨਾਮਾ ਹੈ ਤੇ ਨਾਵਲ ਹੈ ਇਹਨਾਂ ਦੇ ਵਿੱਚੋਂ ਆਪਾਂ ਇੱਕ ਭਾਗ ਹੱਲ ਕਰਨਾ ਹੈ ਤੋਂ ਆਪਾਂ ਨਾਵਲ ਜਿਹੜਾ ਹੈ ਡਿਸਕਸ ਕਰ ਲੈਂਦੇ ਹੈਗੇ ਤੇ ਨਾਵਲ ਜਿਹੜਾ ਹੈ ਉਸਦੇ ਪਹਿਲਾਂ ਪਰਿਭਾਸ਼ਾ ਲਿਖਾਂਗੇ ਨਾਵਲ ਕੀ ਹੁੰਦਾ ਹੈ ਨਾਵਲ ਸ਼ਬਦ ਅੰਗਰੇਜ਼ੀ ਦੇ ਸ਼ਬਦ ਨੋਵਲ ਦਾ ਸਮਾਨਾਰਥੀ ਹੈ ਤੇ ਨਾਵਲ ਸਾਸ ਦਾ ਉਹ ਗਾਧ ਰੂਪ ਹੈ ਗਾਧ ਦਾ ਮਤਲਬ ਹੁੰਦਾ ਹੈ ਵਾਰਤਿਕ ਰੂਪ ਜਿਸ ਵਿੱਚ ਘਟਨਾ ਜਾਂ ਘਟਨਾਵਾਂ ਦਾ ਵਿਉਂਤਬੰਦ ਵਰਣਨ ਹੁੰਦਾ ਹੈ ਜੋ ਕਿ ਇੱਕ ਜਾਂ ਕਈ ਪਾਤਰਾਂ ਨਾਲ ਵਾਪਰੀਆਂ ਹੁੰਦੀਆਂ ਵਾਲਟਰ ਸਕਾਟ ਅਨੁਸਾਰ ਨਾਵਲਿਕ ਜਿਹੜਾ ਰੋਮ ਜਨਾਮ ਪੰਚਾ ਹੈ ਜਿਸ ਵਿੱਚ ਸਾਡੀਆਂ ਹੀ ਗੱਲਾਂ ਦਾ ਜ਼ਿਕਰ ਹੋਵੇ ਅਤੇ ਪਾਤਰ ਅਜਿਹੇ ਹੋਣ ਜਿਸ ਨੂੰ ਅਸੀਂ ਹਰੇਕ ਗਲੀ ਦੇ ਮੋੜ ਤੇ ਵੇਖ ਸਕਦੇ ਹੁਈਏ ਪ੍ਰਿੰਸੀਪਲ ਸੰਤ ਸਿੰਘ ਸੇਖੋ ਨੇ ਨਾਵਲ ਨੂੰ ਗੱਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਵੰਦ ਨੂੰ ਕਲਾਮਈ ਢੰਗ ਨਾਲ ਵਿਆਪਕ ਰੂਪ ਦੇ ਵਿੱਚ ਦਿੱਤਾ ਹੁੰਦਾ ਹੈ ਤੇ ਮੁੰਸ਼ੀ ਪ੍ਰੇਮਚੰਦ ਦੇ ਅਨੁਸਾਰ ਮੈਂ ਉਪਨਿਆਸ ਨੂੰ ਮਾਨਵ ਚਰਿੱਤਰ ਦਾ ਚਿੱਤਰ ਮਾਨਸ ਸਮਝਦਾ ਹਾਂ ਮਾਨਵ ਚਰਿੱਤਰ ਉੱਤੇ ਪ੍ਰਕਾਸ਼ ਪਾਉਣਾ ਦੇ ਉਸ ਦਿਨ ਅੱਖਾਂ ਨੂੰ ਖੋਲਣਾ ਹੀ ਉਹ ਪੁਨਿਆਸ ਦਾ ਮੂਲ ਤੱਤ ਹੈਗਾ ਤਾਂ ਹੁਣ ਅੱਗੇ ਅਸੀਂ ਨਾਵਲ ਦੇ ਤੱਤ ਤੱਤ ਲਿਖਾਂਗੇ ਪਹਿਲਾ ਹੈ ਕਥਾਨਕ ਕਥਾਨਕ ਨਾਵਲ ਦਾ ਪਹਿਲਾ ਮਹੱਤਵਪੂਰਨ ਤੱਤ ਹੈ ਉਸ ਨੂੰ ਪਲਾਂਟ ਪਲਾਟ ਜਾਂ ਗੁੰਦ ਵੀ ਕਿਹਾ ਜਾਂਦਾ ਹੈ ਕਥਾਨਕ ਅਨੁਸਾਰ ਨਾਵਲਕਾਰ ਪਹਿਲਾਂ ਘਟਨਾਵਾਂ ਦੀ ਚੋਣ ਕਰਕੇ ਨਾਵਲ ਦੇ ਗੁੰਝਲਾਂ ਨੂੰ ਸਲਝਾਉਂਦਾ ਹੋਇਆ ਨਾਵਲ ਦੀ ਕਥਾ ਦਾ ਵਿਸਥਾਰ ਕਰਦਾ ਹੈਗਾ ਪਾਤਰੋਸਾਰੀ ਕਥਾਨਕ ਤੋਂ ਬਾਅਦ ਪਾਤਰੋਸਾਰੀ ਨਾਵਲ ਦਾ ਦੂਜਾ ਮਹੱਤਵਪੂਰਨ ਤੱਤ ਹੈ ਅਸਲ ਵਿੱਚ ਨਾਵਲਕਾਰ ਕਥਾਨਕ ਦੀ ਪੇਸ਼ਕਾਰੀ ਪਾਤਰਾਂ ਰਾਹੀਂ ਕਰਦਾ ਹੈ ਇਸ ਕਰਕੇ ਪਾਤਰੋਸਾਰੀ ਉਹ ਕਲਾਤਮਕ ਵਿਧੀ ਹੈ ਜੋ ਅਮੂਰਤ ਕਥਾਨਕ ਨੂੰ ਸਮੂਰਤ ਬਣਾਉਂਦੀ ਹੈਗੀ ਆ ਤੇ ਅੱਗੇ ਹੈਗਾ ਜਿਹੜਾ ਇਸ ਦਾ ਨਾਵਲਕਾਰ ਨੂੰ ਜਿਹੇ ਪਾਤਰਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ ਜੋ ਸਾਡੀ ਅਸਲ ਜ਼ਿੰਦਗੀ ਦੇ ਇੰਨੇ ਨੇੜੇ ਹੋਣ ਕਿ ਉਹ ਅਸਲ ਜ਼ਿੰਦਗੀ ਵਰਗੇ ਹੀ ਲੱਗਦੇ ਹੋਣ ਤੇ ਵਿਦਵਾਨ ਨਾਵਲਾਂ ਦੇ ਪ੍ਰਕਾਰ ਦੇ ਦੋ ਜਿਹੜੇ ਨਾਵਲਾਂ ਦੇ ਪ੍ਰਕਾਰ ਦੇ ਪਾਤਰਾਂ ਦੀ ਹੋਣ ਮੰਨਦੇ ਨੇ ਮਤਲਬ ਦੋ ਪ੍ਰਕਾਰ ਦੇ ਪਾਤਰ ਮੰਨਦੇ ਨੇ ਇੱਕ ਗੋਲ ਪਾਤਰ ਹੁੰਦੇ ਨੇ ਦੂਜੇ ਚਪਟੇ ਪਾਤਰ ਹੁੰਦੇ ਨੇ ਕੋਈ ਨਾਵਲਕਾਰ ਉਨਾ ਹੀ ਸਫਲ ਹੋਵੇਗਾ ਜਿੰਨੀ ਸਫਲਤਾ ਦੇ ਨਾਲ ਉਹ ਪਾਤਰ ਉਸਾਰੀ ਕਰੇਗਾ ਵਾਰਤਾਲਾਪ ਨਾਵਲ ਦੇ ਵਿੱਚ ਜਿਹੜਾ ਹੈ ਵਾਰਤਾਲਾਪ ਦਾ ਹੁਣ ਬੜਾ ਮਹੱਤਵਪੂਰਨ ਤੱਤ ਹੈ ਕਿਉਂਕਿ ਇਹਦੇ ਨਾਲ ਜਿਹੜਾ ਹੈ ਪਾਤਰ ਸਾਰੀ ਵਧੀਆ ਹੁੰਦੀ ਹੈ ਤੇ ਕਥਾਨਕ ਨੂੰ ਸਾਰਨ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਹੁੰਦਾ ਹੈਗਾ ਤੇ ਵਰਤਾਲਾ ਵਿੱਚ ਸੰਖੇਪਤਾ ਸੁਭਾਵਿਕਤਾ ਤੇ ਨਾਟਕੀਅਤਾ ਦਾ ਹੋਣਾ ਇੱਕ ਨਾਵਲ ਦੀ ਰੌਚਕਤਾ ਵਿੱਚ ਵਾਧਾ ਕਰਦਾ ਹੈ ਸਥਾਨਕ ਰੰਗਣ ਨਾਵਲ ਦਾ ਇੱਕ ਹੋਰ ਜ਼ਰੂਰੀ ਗੁਣ ਹੈਗਾ ਨਾਵਲ ਦਾ ਬਿਰਤਾਂਤ ਵਿਸ਼ੇਸ਼ ਭੂ ਖੰਡ ਦੇ ਲੋਕਾਂ ਦੇ ਜੀਵਨ ਉੱਤੇ ਆਧਾਰਿਤ ਹੁੰਦਾ ਹੈ ਤੇ ਲੋਕਾਂ ਦੇ ਸੁਭਾਅ ਦਾ ਉਹਨਾਂ ਦੇ ਇਲਾਕੇ ਦੇ ਜੀਵਨ ਜਾਂਚ ਰਹਿਣ ਸਹਿਣ ਆਚਾਰ ਵਿਵਹਾਰ ਆਦ ਨਾਲ ਡੂੰਘਾ ਸਬੰਧ ਹੁੰਦਾ ਹੈ ਇਸ ਕਰਕੇ ਸਥਾਨਕ ਰੰਗਣ ਦਾ ਨਾਵਲ ਵਿੱਚ ਬੜਾ ਮਹੱਤਵਪੂਰਨ ਸਥਾਨ ਰੰਦਾ ਹੈ ਤੇ ਭਾਸ਼ਾ ਨਾਵਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਦੋ ਪ੍ਰਕਾਰ ਦੀ ਹੋ ਸਕਦੀ ਹੈ ਇੱਕ ਪਾਤਰਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਤੇ ਦੂਜੀ ਨਾਵਲਕਾਰ ਵੱਲੋਂ ਵਰਤਾਂਤ ਸਿਰਜਣ ਲਈ ਵਰਤੀ ਗਈ ਭਾਸ਼ਾ ਨਾਵਲ ਵਿੱਚ ਦੋਹਾਂ ਕਿਸਮਾਂ ਦੀ ਭਾਸ਼ਾ ਦੀ ਮਹਾਨਤਾ ਹੈ ਇਸ ਕਰਕੇ ਨਾਵਲ ਵਿੱਚ ਇਹਨਾਂ ਦੋਹਾਂ ਦੀ ਯੋਗ ਵਰਤੋਂ ਦੀ ਲੋੜ ਹੁੰਦੀ ਹੈ ਸ਼ੈਲੀ ਪਾਸ਼ਾ ਦੇ ਨਾਲ-ਨਾਲ ਲੇਖਕ ਦਾ ਸ਼ੈਲੀ ਸੰਬੰਧੀ ਸੁਚੇਤ ਹੋਣਾ ਜ਼ਰੂਰੀ ਹੈ ਨਾਵਲ ਵਿੱਚ ਕਈ ਪ੍ਰਕਾਰ ਦੀਆਂ ਸ਼ੈਲੀਗਤ ਵਿਧੀਆਂ ਦਾ ਪ੍ਰਯੋਗ ਹੋ ਸਕਦਾ ਹੈ ਉਦੇਸ਼ ਨਾਵਲ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ ਉਦੇਸ਼ਹੀਨ ਨਾਵਲ ਨੂੰ ਨਾਵਲ ਮੰਨਣਾ ਠੀਕ ਨਹੀਂ ਕਿਉਂਕਿ ਉਹ ਆਪਣੇ ਸਾਹਿਤਕ ਕਰਤੱਵ ਤੋਂ ਬੇਮੁਖ ਹੁੰਦਾ ਹੈ ਤੇ ਨਾਵਲ ਦੀਆਂ ਕਿਸਮਾਂ ਕਈ ਹੁੰਦੀਆਂ ਨੇ ਜਿਵੇਂ ਸੂਸੀ ਨਾਵਲ ਹੋ ਸਕਦਾ ਹੈ ਅਤਲਸਵੀ ਨਾਵਲ ਹੋ ਸਕਦਾ ਹੈ ਇਤਿਹਾਸਕ ਨਾਵਲ ਹੋ ਸਕਦਾ ਹੈ ਮਨੋਵਿਗਿਆਨਕ ਨਾਵਲ ਹੋ ਸਕਦਾ ਹੈ ਨਾਵਲੇਟ ਜਾਂ ਨਗੂ ਨਾਵਲ ਵੀ ਹੋ ਸਕਦਾ ਹੈ ਤੇ ਪੰਜਾਬੀ ਨਾਵਲਸਣਾਂ ਦਾ ਆਰੰਭ ਅੰਗਰੇਜ਼ੀ ਸਾਹਿਦ ਦੇ ਪ੍ਰਭਾਵ ਨਾਲ ਹੋਇਆ ਡਾਕਟਰ ਚਰਨ ਸਿੰਘ ਨੇ ਸ਼ਰਾਬਕੌਰ ਨਾਵਲ ਦੀ ਰਚਨਾ ਕੀਤੀ ਜੋ ਇੱਕ ਸਮਾਜਿਕ ਨਾਵਲ ਹੈ ਇਸ ਤੋਂ ਪਿੱਛੋਂ ਭਾਈ ਵੀਰ ਸਿੰਘ ਨੇ ਸੁੰਦਰੀ ਨਾਵਲ ਰਚਿਆ ਉਹਨਾਂ ਨੇ ਇਸ ਤੋਂ ਇਲਾਵਾ ਤਿੰਨ ਹੋਰ ਨਾਵਲ ਲਿਖੇ ਮਗਰੋਂ ਨਾਨਕ ਸਿੰਘ ਪੰਜਾਬੀ ਨਾਵਲ ਦਾ ਪਤਾਮਾ ਹੋ ਨਿਬੜਿਆ ਜਿਸ ਨੇ ਤਾਰਚਾਰਜਨ ਦੇ ਕਰੀਬ ਨਾਵਲ ਲਿਖੇ ਪਿੱਛੋਂ ਸੁਰਿੰਦਰ ਸਿੰਘ ਬਰੂਲਾ ਕਰਤਾਰ ਸਿੰਘ ਦੁੱਗਲਸ ਜਸਵੰਤ ਸਿੰਘ ਕੰਬਲ ਗੁਰदयाल ਸਿੰਘ ਨਰਿੰਦਰਪਾਲ ਸਿੰਘ ਅਮਰਤਾ ਪੀਤਮ ਅਜੀਤ ਕੌਰ ਬਲੀਪ ਘਟਿਵਾਣਾ ਰਾਮ ਸਰੂਪ ਅਣਖੀ ਓਮ ਪ੍ਰਕਾਸ਼ ਗਾਸ਼ੋ ਤੇ ਹੋਰ ਨਾਂ ਨੇ ਨਾਵਲ ਰਚਨਾ ਕੀਤੀ ਤਾਂ ਇਹ ਤਾਂ ਸੀਗਾ ਆਪਣਾ ਨਾਵਲ ਦੇ ਨਾਲ ਸੁੰਦਤ ਪ੍ਰਸ਼ਨ ਤੇ ਅਗਲਾ ਹੁਣ ਸਾਡਾ 8ਵਾਂ ਪ੍ਰਸ਼ਨ ਹੈ ਇਹ ਲਿਖਿਆ ਵਿੱਚੋਂ ਕਿਸੇ ਇੱਕ ਦੀ ਉਦਾਹਰਣਾ ਸਹਿਤ ਪ੍ਰਭਾਸ਼ਾ ਲਿਖਣੀ ਹੈ ਹੁਣ ਇਹਦੇ ਵਿੱਚ ਦੇਖੋ ਬਟੇ ਆਪਾਂ ਗੱਲ ਪਹਿਲਾਂ ਕੀਤੀ ਹੋਈ ਹੈ ਇੱਕ ਤਰ੍ਹਾਂ ਛੰਦ ਨੇ ਇੱਕ ਅਲੰਕਾਰ ਨੇ ਇੱਕ ਰਾਸ ਨੇ ਇਹ ਤਿੰਨ ਤਰ੍ਹਾਂ ਦੀ ਇਹ ਸਾਡੇ ਕੋਲ ਸਹਾਇਤ ਰੂਪ ਹੈਗੇ ਨੇ ਤਾਂ ਅਸੀਂ ਇਹਨਾਂ ਦੇ ਵਿੱਚੋਂ ਜੇਕਰ ਦੋ ਘਾਵ ਰੂਪ ਬੜੀ ਚੰਗੀ ਤਰ੍ਹਾਂ ਤਿਆਰ ਕਰ ਲੈਨੇ ਆ ਤਾਂ ਅਸੀਂ ਇਸ ਨੂੰ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੈਗੇ ਆ ਤਾਂ ਆਪਾਂ ਇਹਦੇ ਵਿੱਚੋਂ ਇੱਕ ਆਨਸਰ ਦੇਣਾ ਹੈਗਾ ਆਪਾਂ ਕੋਈ ਵੀ ਛਾਂਟ ਸਕਦੇ ਹੈਗੇ ਆ ਤੇ ਆਪਾਂ ਚਲੋ ਦੇਖਦੇ ਹੈਗੇ ਆ ਉਪਮਾ ਅਲੰਕਾਰ ਕਰ ਲੈਨੇ ਆ ਠੀਕ ਹੈ ਤਾਂ ਉਪਮਾ ਅਲੰਕਾਰ ਕੀ ਹੁੰਦਾ ਹੈ ਜਦੋਂ ਕਿਸੇ ਚੀਜ਼ ਜਿਹੜਾ ਹੈ ਇੱਕ ਚੀਜ਼ ਨੂੰ ਦੂਜੀ ਤੀਜੀ ਚੀਜ਼ ਦੇ ਨਾਲ ਉਪਮਾ ਕਰਕੇ ਉਹਦੇ ਵਰਗਾ ਦੱਸਿਆ ਜਾਂਦਾ ਹੈਗਾ ਤਾਂ ਫਿਰ ਉਹਨੂੰ ਉਪਮਾ ਅਲੰਕਾਰ ਜਿਹੜਾ ਹੈ ਮੰਨਿਆ ਜਾਂਦਾ ਹੈਗਾ ਤਾਂ ਇਸ ਦੀ ਪਰਿਭਾਸ਼ਾ ਤੇ ਉਦਾਹਰਨ ਆਪਾਂ ਦੇਣੀ ਹੈਗੀਆਂ ਨੇ ਉਪਮਾ ਅਲੰਕਾਰ ਸਭ ਤੋਂ ਵੱਧ ਪ੍ਰਸਿੱਧ ਜਿਹੜਾ ਹੈਗਾ ਅਸੀਂ ਕਵਿਤਾ ਵਿੱਚ ਅਤੇ ਕਵਿਤਾ ਤੋਂ ਬਾਹਰ ਵੀ ਆਮ ਆਮ ਗੱਲਬਾਤ ਦੇ ਵਿੱਚ ਕਈ ਵਾਰ ਉਪਮਾ ਅਲੰਕਾਰ ਵਰਗਾਂ ਦੇ ਤੁਕਾਂ ਦੀ ਵਰਤੋਂ ਕਰਦੇ ਹਾਂ ਜਿਵੇਂ ਕਪੜਾ ਦੁੱਧ ਵਰਗਾ ਚਿੱਟਾ ਹੈ ਹੁਣ ਕਪੜਾ ਹੈ ਸੀ ਉਸ ਨੂੰ ਦੁੱਧ ਦੇ ਨਾਲ ਵਾਂਗ ਜਿਹੜਾ ਹੈ ਬਰਾਬਰ ਉਹਦੀ ਜਿਹੜੀ ਹੈਗੀ ਆ ਵਡਿਆਈ ਕੀਤੀ ਆ ਉਹਦੇ ਵਾਂਗ ਤਾਂ ਇਹਦੇ ਵਿੱਚ ਚਾਰ ਤੱਤ ਹੋਗੇ ਉਪਮਾ ਅਲੰਕਾਰ ਦੇ ਵਿੱਚ ਕਪੜਾ ਦੁੱਧ ਚਿੱਟਾ ਵਰਗਾ ਤੇ ਭਾਵ ਜਿੱਥੇ ਚਾਰੇ ਤੱਤ ਇਕੱਠੇ ਹੋਣ ਕਿਸੇ ਕਾਵਿ ਸਤਰ ਵਿੱਚ ਹੁਣ ਉੱਥੇ ਉਪਮਾ ਅਲੰਕਾਰ ਹੁੰਦੀ ਹੈ ਵਿਦਵਾਨਾਂ ਨੇ ਇਹਨਾਂ ਚਾਰੋਂ ਤੱਤਾਂ ਦੇ ਨਾਮ ਰੱਖੇ ਨੇ ਉਪਮੇ ਜਿਵੇਂ ਕਪੜਾ ਹੈਗਾ ਹਨਾ ਤਾਂ ਉਪਮੇ ਹੈਗਾ ਉਹ ਵਸਤੂ ਜਿਸ ਦੀ ਕਿਸੇ ਹੋਰ ਚੀਜ਼ ਨਾਲ ਤੁਲਨਾ ਕੀਤੀ ਗਈ ਹੈ ਉਪਮਾਨ ਜਿਸ ਚੀਜ਼ ਦੇ ਨਾਲ ਤੁਲਨਾ ਕੀਤੀ ਹੈ ਉਹਨੂੰ ਉਪਮਾਨ ਕਹਿੰਦੇ ਨੇ ਜਿਵੇਂ ਦੇਚ ਦੁੱਧ ਕਿਹਾ ਗਿਆ ਹੈ ਤੇ ਸਾਂਝਾ ਗੁਣ ਕੀ ਹੈ ਦੋਨਾਂ ਚੀਜ਼ਾਂ ਦਾ ਉਸ ਨੂੰ ਜਿਹੜਾ ਹੈ ਉਹ ਗੁਣ ਜੋ ਦੋਹਾਂ ਵਸਤੂਆਂ ਵਿੱਚ ਸਾਂਝਾ ਹੋਏ ਜਿਵੇਂ ਆਪਾਂ ਕਿਹਾ ਹੈਗਾ ਚਿੱਟਾ ਠੀਕ ਹੈ ਤੇ ਵਾਚਕ ਗੁਣ ਜਿਵੇਂ ਵਰਗਾ ਵਾਂਗੂ ਜਿਉਂ ਜੀਕਣ ਆਦ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਕਿਹਾ ਨਾ ਵਰਗਾ ਤਾਂ ਇਹਦੇ ਵਿੱਚ ਇਹ ਵਾਚਕ ਗੁਣ ਹੈ ਪਰਵਾਸ਼ਾ ਜਿੱਥੇ ਉਪਮਾਣ ਵਰਯੋਗ ਚੀਜ਼ ਮੇ ਦੀ ਕਿਸੇ ਹੋਰ ਨਾਲ ਮਿਲਦੀ ਜੁਲਦੀ ਚੀਜ਼ ਨਾਲ ਸਾਂਝੇ ਗੁਣਾਂ ਦੀ ਸਮਾਨਤਾ ਦੱਸੀ ਹੋਵੇ ਉੱਥੇ ਉਪਮਾ ਅਲੰਕਾਰ ਹੁੰਦਾ ਹੈ ਜਿਵੇਂ ਧਾਰਨ ਦੇ ਸਕਦੇ ਹੈਗੇ ਆਪਾਂ ਨੀ ਅੱਜ ਆ ਕੋਈ ਆਇਆ ਸਾਡੇ ਵੇੜੇ ਟੱਕਣ ਚੰਨ ਸੂਰਜ ਟੁਕ ਟੁਕ ਨੇੜੇ ਲੱਸੋ ਨੀ ਉਹਦਾ ਮੱਥਾ ਤਾਰਿਆਂ ਵਾਂਗੂ ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ ਇਨ੍ਹਾਂ ਕਾਵਿ ਸਤਰਾਂ ਵਿੱਚ ਲੱਸੋ ਨੀ ਉਹਦਾ ਮੱਥਾ ਤਾਰਿਆਂ ਵਾਂਗੂ ਵਿੱਚ ਉਪਮਾ ਅਲੰਕਾਰ ਦੀ ਸਿਰਜਣਾ ਹੋਈ ਹੈ ਕਵੀ ਪ੍ਰੀਤ ਨਾਇਕ ਦੇ ਉਨਤੇ ਇੰਨਾ ਖੁਸ਼ ਹੁੰਦਾ ਹੈ ਕਿ ਉਹ ਭਾਵਾਂ ਦੇ ਬਹਿਣ ਵਿੱਚ ਬਹਿ ਕੇ ਆਪਣੇ ਨਾਇਕ ਦੀ ਸੁੰਦਰਤਾ ਨੂੰ ਅਲੰਕਾਰ ਸ਼ੈਲੀ ਵਿੱਚ ਬਿਆਨ ਕਰਨਾ ਆਰੰਭ ਕਰ ਦਿੰਦਾ ਹੈਗਾ ਤੇ ਇਸ ਯਤਨ ਵਿੱਚ ਕਵੀ ਉਸ ਦੇ ਚਮਕਦੇ ਮੱਥੇ ਨੂੰ ਤਾਰਿਆਂ ਨਾਲ ਉਪਮਾ ਦਿੰਦਾ ਹੈ ਤੇ ਇਸ ਕਾਵਿ ਸਤਰ ਦੇ ਵਿੱਚ ਵੀ ਉਪਮਾ ਦੇ ਚਾਰੇ ਤੱਤ ਮਿਲਦੇ ਨੇ ਜਿਵੇਂ ਮੱਥਾ ਉਪਮੇ ਹੈ ਤਾਰੇ ਉਪਮਾਨ ਹੈ ਲッセ ਨੀ ਸਾਂਝਾ ਗੁਣ ਹੈ ਤੇ ਵਾਂਗੂ ਵਾਚਕ ਸ਼ਬਦ ਹੈ ਇਸੇ ਤਰ੍ਹਾਂ ਹੋਰ ਵੀ ਉਦਾਹਰਨਾਂ ਆਪਾਂ ਦੇ ਸਕਦੇ ਹੈਗੇ ਯਾਦ ਰੱਖੋ ਬੇਟਾ ਤਾਂ ਕਿ ਤੁਹਾਨੂੰ ਕੋਈ ਵੀ ਸਤਰ ਆ ਜਾਵੇ ਤਾਂ ਤੁਸੀਂ ਲੱਭ ਸਕੋ ਜਿਵੇਂ ਚਾਂਦੀ ਵਰਗਾ ਰੰਗ ਹੈ ਗੋਰੀ ਸੋਨੇ ਵਰਗੇ ਬਾਲ ਸੁਨਹਿਰੀ ਮਾਇਆ ਰੰਗ ਬਰੰਗ ਖਨੇਮ ਜਿਉਂ ਬਾਦਰ ਕੀ ਸ਼ਾਇਆ ਮਿਟਿਆ ਤੂੰ ਦੇ ਬੱਦਲ ਵਾਂਗੂ ਦੁਨੀਆ ਤੋਂ ਅਮਲ ਹਨੇਰੇ ਦਾ ਐ ਤੂੰ ਧੂੜ ਤਮੰਦ ਦਾ ਪਹੁੰਚ ਗਿਆ ਗਗਨਾਂ ਤੇ ਰਤ ਸਵੇਰੇ ਦਾ ਇਹ ਜਿਹੜਾ ਹੈਗਾ ਇਸ ਦੀਆਂ ਉਦਾਹਰਨਾਂ ਹੈਗੀਆਂ ਨੇ ਉਪਮਾ ਲੰਕਾਰ ਦੀਆਂ ਤਾਂ ਇਸ ਤਰ੍ਹਾਂ ਆਪਾਂ ਇਸ ਪ੍ਰਸ਼ਨ ਨੂੰ ਬੜੀ ਚੰਗੇ ਤਰੀਕੇ ਨਾਲ ਯਾਦ ਕਰਨਾ ਹੈ ਤਾਂ ਇਹ ਇੱਕ ਪ੍ਰਸ਼ਨ ਦਾ ਉੱਤਰ ਦੇਣਾ 1.5 5-5 ਨੰਬਰਾਂ ਦਾ ਪ੍ਰਸ਼ਨ ਹੈਗਾ ਉਮੀਦ ਕਰਦੀ ਹੈਗੀਆਂ ਤੁਹਾਨੂੰ ਇਹ ਪ੍ਰਸ਼ਨ ਪੱਤਰ ਚੰਗੀ ਤਰ੍ਹਾਂ ਸਮਝ ਲੱਗਿਆ ਹੋਊਗਾ ਤੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਕਰਨਾ ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਜੇਕਰ ਚੈਨਲ ਤੇ ਨਵੇਂ ਆਏ ਹੈਗੇ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ ਕਿਉਂਕਿ ਇਸ ਚੈਨਲ ਤੇ ਇੱਕ ਨਾਲੋਂ ਵੱਧ ਕਲਾਸਿਸ ਦਾ ਕੰਮ ਪਾਇਆ ਹੋਇਆ ਹੈ ਵਿਆਕਰਨ ਦਾ ਕੰਮ ਹਰੇਕ ਸ਼੍ਰੇਣੀ ਲਈ ਲਾਭਦਾਇਕ ਹੁੰਦਾ ਹੈ ਚਾਹੇ ਤੁਸੀਂ 8ਵੀਂ ਤੋਂ 9ਵੀਂ ਤੋਂ 10ਵੀਂ ਤੋਂ ਜਾਂ ਕੋਈ ਤੁਸੀਂ ਅੱਗੇ ਬੀਏ ਕਲਾਸਿਸ ਪੜ ਰਹੇ ਹੈਗੇ ਜਾਂ ਫਿਰ ਕੋਈ ਵੀ ਕੰਪੀਟੀਸ਼ਨ ਦਾ ਕੰਮ ਦੀ ਪ੍ਰੀਖਿਆ ਦੇਣੀ ਹੈਗੀ ਹੈ ਹਰ ਕਿਸੇ ਲਈ ਲਾਭਦਾਇਕ ਹੁੰਦਾ ਹੈ ਤੇ ਜੇਕਰ ਇਹ ਵੀਡੀਓ ਤੁਹਾਡੀ ਪੜਾਈ ਦੇ ਲਿਹਾਜ਼ ਨਾਲ ਲਾਭਦਾਇਕ ਹੋਈ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ ਫਿਰ ਮਿਲਦੇ ਹੈਗੇ ਅਗਲੀ